Ya Rabbi nasihat eylesin, nasihat eylesin. Sabi vaktiyle. أعوذ بالله من الشيطان الرجيم بسم الله الرحمن الرحيم الحمد لله رب العالمين الصلاة والسلام على من كان نبيا وآدم بين الماء والدين نبي جوجي سلوات سيبتا أمجو المراج سيدنا وشفينا بالقاسم محمد المصطفى اشرف الانبياء والمرسلين پیغمبر دوجي صلوات وعلى اخيه ووزيره ووارثه علمه علم الاولين والاخرين يا سب الدين امير المؤمنين نارا يا حيدري جے آگئے ہو تاں بسم اللہ بڑی پرانی ربائی بسم اللہ تو ابتدا کیتی ہے کچھ مضامین علماء لکھیں آگڑ پہ چھڑکار دیتے ہیں کہیں کچھ لکھیا کہیں کچھ لکھیا جدہ تو سا تاریخ دے پہ چھٹر سو کھڑی ہوئی سو جڑے بندے تو نوا دینا یہ تاریخ غلط پہ پڑھتا ہے تو ٹھیک پہ پڑھتا ہے گل ظرف دیئے جدا ہلاک تے چنگیز خان جے بندے دی تاریخ صحیح کہیں نہیں لکھنی غریباں دی کہیں لکھنی او دی تاریخ ودا مولوی گلیندا ہے جیڑا اپنے وطن تے ہی غریب ہے مقصد موقع کوئی نہیں چھڑیندا دا دیارے حسین نو رومن دن علماء دی تبلیغ دے نہیں یارہ مہینے جڑا ممبر تے شریعت نہیں دس سکدا اونو کئی تکلیف ہے نا جو محرم اچ دسنم دا بتانا جے ذاکرہ نو محرم اچ نہیں سجنا تم اڑکا اینو سڈو ہی نہیں ماتم کرو رالتے بایتے ہکے جاتے ہک دو انہوں سیدان دیا گلنوں سے مارتے رو لے یہ نئی مولوی تانگو پوے نا تا گھر بایتے رو لے گیا جناب سیدہ فضا جہاں جا کوئی سردار ہوندہ ہے انہوں سید تسریندہ ہے میری سیدہ حق دی کنیز وفا دی حدیث کتنے میری آنکھاں وفا دی حدیث مثال جو ہو رہا کوئی نہیں وفا دی حدیث حیاد بلقیس حسن دی قدردان مخدوم دی نگہبان حبش دی میمونہ مدینہ دی فضا حسنین دی اممہ تیری تے میری سین
ਖੁਦਾ ਦੀ ਕਸਮ ਹੈ ਮਦੀਨੇ ਜੋ ਆਈ ਹੈ ਤੇ ਡਿੱਠਸ ਬੂਹੇ ਤੇ ਨਬੀ ਨੂੰ ਰੁਕ ਕੇ ਬੂਹਾ ਖੜਕਾ ਤੇ ਲੈਂਦੇ ਹਾਂ ਅਹਿਲ ਬੈਤ ਨਬੂਆ ਇਜਾਜ਼ਤ ਹੈ ਮੈਂ ਅੰਦਰ ਆਵਾਂ। ਉਹ ਸਖੀ ਕੀ ਹੋਇਆ ਰਸੂਲ ਜਿਹੜੇ ਬੂਹੇ ਤੋਂ ਇਜਾਜ਼ਤ ਖਲ ਲੈਂਦਾ ਹੈ ਕਾਈ ਉਹ ਸ਼ਾਇ ਅੰਦਰ ਹੈ ਜਿਹੜੀ ਇਜਾਜ਼ਤ ਤੋਂ ਬਗੈਰ ਅੰਦਰ ਨਹੀਂ ਆਵਣ ਦੇਣਾ। ਆਈ ਆਮ ਨਬੀ ਕੋਲੋਂ ਤੇ ਨਬੀ ਜਾਂਦੇ ਬੂਹੇ ਤੇ ਖਲੋ ਰਿਹਾ ਪਹਿਲੂ ਇਸੇ ਬੂਹੇ ਤੇ ਨਬੀ ਕੋਲ ਪੁੱਛ ਲਈਏ ਇਹਦੂ ਨਬੀ ਬੂਹਾ ਖੜਕਾ ਤੇ ਦੂਈ ਦੀ ਵਾਰ ਗੱਲ ਕਰਨ ਲੱਗਣ ਬੀਬੀ ਕਦਮਾਂ ਤੇ ਸਲਾਮ ਆ ਗਈ ਹੈ ਹਾਂ ਕਾ ਗਿਆ ਫਰਮਾ ਮੇਰੀ ਜੀ ਤੂੰ ਹੁਣ ਆ ਗਈ ਹੈ ਹੁਕਮ ਕਰਕੇ ਚਾਨੀ ਆਦੀ ਛੜਾ ਇਸੇ ਬੂਹੇ ਤੋਂ ਪੁੱਛਣ ਆਈ ਅੰਦਰ ਕੌਣ ਹੈ ਜਿਹਦੂ ਇਜਾਜ਼ਤ ਮੰਗਣਾ ਫਰਮਾਇਆ ਮੇਰੀ ਧੀਏ ਇਜਾਜ਼ਤ ਫਰਮਾਇਆ ਤੂੰ ਤਾਂ ਛੜਾ ਇਜਾਜ਼ਤ ਵੇਖੀਏ ਮੈਂ ਬੈਠਾ ਵਾਂ ਉਹ ਆ ਵਜੇ ਮੈਂ ਉੱਠੀ ਨਾ ਜਹਾਨ ਮੇਰੇ ਗਾਣ ਉੱਠੀਂਦਾ ਮੈਂ ਉਸ ਧੀ ਗਾਣ ਉੱਠੀ ਕਿਉਂਕਿ ਉਹ ਰਿਸਾਲਤ ਦਾ ਟੁਕੜਾ ਨਬੂਵਤ ਦਾ ਟੁਕੜਾ ਹਬੀਬ ਖੁਦਾ ਮੈਂ ਤਾਂ ਆਈ ਹਾਂ ਨੌਕਰੀ ਦੇ ਮੈਨੂੰ ਫਰਮਾਇਆ ਹੁਣ ਤੂੰ ਵੰਜ ਇਜਾਜ਼ਤ ਲਈ ਸਾਂ ਤੇ ਕੱਲ ਆਵੇ ਆ ਕੇ ਫਿਰ ਮੈਂ ਬੇਟੀ ਮਹਿਮਾਨ ਹੈ ਮੁਸਾਫਰ ਹੈ ਤੇਰੀ ਨੌਕਰੀ ਕਰਨੀ ਬਾਬਾ ਮੇਰੀਆਂ ਹੋਰਾਂ ਚੱਕੀ ਚਲੇਦੀਆਂ ਮੈਂ ਵਿਹੜੇ 'ਚ ਰੱਖ ਕੇ ਕੀ ਕਰਨਾ ਫਿਰ ਮੈਂ ਉਹ ਆਮ ਬੀਬੀ ਨਹੀਂ ਬਾਦਸ਼ਾਹੀ ਨੂੰ ਠੋਕਰ ਮਾਰ ਕੇ ਜੁੱਤੀ ਤਖ਼ਤ 'ਚ ਰੱਖੀ ਤੇਰੀ ਨੌਕਰੀ ਗੁਲੈਂਦੀ ਆ ਗਈ ਹੈ ਜੇ ਰੱਖ ਲੈ ਬਾਬਾ ਜੇ ਇੰਝ ਆਈ ਤਾਂ ਮੈਂ ਤੁਹਾਨੂੰ ਲਾਇਆ ਬੁਲਾਈ ਅੰਦਰ ਆ ਗਈ ਬੀਬੀ ਆ ਕੇ ਹਬਸ਼ ਤੋਂ ਆਈ ਜੀ ਆ ਹੱਥ ਕੀਤਾ ਬੀਬੀ ਕੀ ਗੱਲ ਹੈ ਇੱਥੇ ਇੱਕ ਸ਼ਾਇਦ ਲਿਖੀ ਹੋਈ ਆਈ ਯਾਰੀਅਤ ਸੈਯਦਾ ਮੈਂ ਸੁਝੈਂਦੀ ਹਾਂ ਮੈਂ ਬਾਦਸ਼ਾਹੀ ਕਰੇਨੀ ਹਾਂ ਉਹ ਕੌਣ ਸੈਯਦਾ ਹੈ ਜਦੀ ਮੈਂ ਕਨੀਜ਼ ਹਾਂ ਜੇਲ ਦੀ ਤੇਰੇ ਬੂਹੇ ਤੇ ਆਈ ਹੋ ਨਿਸ਼ਾਨ ਮਿਟ ਗਿਆ ਇੰਜ ਲੱਗਦਾ ਜਿਵੇਂ ਮੇਰੀ ਮੰਜ਼ਲ ਮੁੱਕ ਗਈ ਹੈ ਹੁਣ ਮੈਨੂੰ ਹਟਾਇਆ ਨਹੀਂ ਨੌਕਰੀ ਕਰਨ ਦੇ ਫਰਮਾਇਆ ਆ ਤੂੰ ਅਜ਼ਲ ਤੂੰ ਮੇਰੀ ਚੁਣੀ ਹੋਈ ਹੈ ਸਈਦਾਂ ਦੇ ਕੁਰਬ ਦਾ ਮਿਆਰ ਮੇਰੇ ਜ਼ਹਿਨ ਜੀ ਕੋਈ ਨਾ ਇੰਨੇ ਤੁਰ ਪਿਆ ਜ਼ਾਕਰੀ ਦਾ ਗਿਰਾਫ ਹੁੰਦਾ ਹਰ ਬੰਦੇ ਦਾ ਆਪਣੀ ਨਿਸਬਤ ਨਾਲ ਮੈਂ ਕਦੀ ਨਹੀਂ ਲੈ ਤੇ ਤੁਰਿਆ ਜੇ ਗੋਲਣਾ ਤੇ ਪੜਨਾ ਕੋਈ ਪਤਾ ਹੀ ਨਹੀਂ ਜਿਵੇਂ ਮੁਹਰ ਹੈ ਸਈਦਾਂ ਦੇ ਅਤਿਆਤ ਵੇਦੀ ਰਹੀ ਖਰੈਤਾਂ ਵੇਦੀ ਰਹੀ ਕੁਰਬਾਨੀਆਂ ਵੇਦੀ ਰਹੀ ਮੈਂ ਰਮਜ਼ਾਨ ਦਾ ਚੰਨ ਚੜਿਆ ਰੋਜ਼ੇ ਪਰ ਘੀਨਨ ਰੋਜ਼ਾ ਖੋਲਣ ਤੋਂ ਪਹਿਲੂ ਬੰਦਾ ਆ ਗਿਆ ਕੈਦੀ ਆ ਹੁਣ ਕੈਦ ਛੁੱਟੀ ਹੈ ਰੋਟੀ ਮੰਗਣਾ ਬਤੂਲ ਬੀਬੀ ਆਖਿਆ ਮੇਰੇ ਹਿੱਸੇ ਦੀ ਚਾਹ ਦੇ ਕੋਈ ਆ ਗਿਆ ਮੈਂ ਮੁਸਾਫਿਰ ਹਾਂ ਫਰਮਾਇਆ ਉੱਤਮ ਲਾਲੀ ਆ ਗਿਆ ਮੇਰੇ ਹਿੱਸੇ ਦੀ ਚਾਹ ਦੇ ਉਹ ਤੂੰ ਕੋਈ ਯਤੀਮ ਹੈ ਸਾਨੂੰ ਰੋਟੀ ਨਹੀਂ ਪੀ ਲੱਭਦੀ ਮਦੀਨੇ ਚੋਂ ਹਸਨੈਨ ਬੋਲੇ ਅਮਾ ਫੀਜ਼ਾ ਸਾਡੀ ਚਾਹ ਕੇ ਵਧ ਗਾ ਕਲਮ ਮੈਂ ਬਿਮਾਰ ਹਾਂ ਤਰੀ ਅਧੇ ਦਾ ਭੁੱਖਾਂ ਖਾਣਾ ਨਹੀਂ ਪੀ ਲੱਭਦਾ ਬੀਬੀ ਆ ਗਿਆ ਸਈਅਦ ਦਿੱਤੀ ਬੈਠਣ ਤੇ ਮੇਰੀ ਪਈ ਏ ਮੁੜ ਜਿਹਦੇ ਨਾਲ ਰਹੀ ਵੇ ਉਸ ਰੀਤ ਹੋਈ ਵੇ ਤਾਂ ਸਹੀ ਹੋਰ ਤਾਂ ਮੈਂ ਹੋ ਨਹੀਂ ਸਕਦੀ ਚਲੋ ਰੋਟੀ ਜੋਗੀ ਤਾਂ ਹੋਵਾਂ ਆਪਣੀ ਚਾਹ ਕੇ ਚੋ ਦਿੱਤੀ ਅਤੇ ਅਚਾਨਕ ਸੋਚਣ ਲੱਗ ਪਈ ਰਾਤ ਰਸੂਲ ਆਖਿਆ ਤੂੰ ਸਾਨੂੰ ਪੰਜਾਂ ਨੂੰ ਖਾਂਦਾ ਵੇ ਨਹੀਂ ਇਕੱਠਿਆਂ ਵੇ ਨਹੀਂ ਅਤੇ ਰਾਤੀ ਰੋਟੀ ਦੀ ਆਖ ਖਲੀਓ ਅਤੇ ਸਈਦਾਂ ਲਈ ਦੇਖ ਖਲੀਓ ਅਤੇ ਆਪਣੀ ਦੇਖ ਖਲੀਓ ਨਵੇਂ ਕਲੀ ਅੱਜ ਨਬੀ ਦੀ ਦਾਵਤ ਆਈ ਉਹ ਤਾਂ ਰਹਿ ਗਈ ਹੁਣ ਕੀ ਬਣ ਸੀ ਮਗਰ ਬੈਨ ਦੀ ਨਮਾਜ਼ ਪੜ੍ਹਾ ਤੇ ਰਸੂਲ ਆ ਗਏ ਪੰਜ ਇਕੱਠੇ ਬੈਠੇ ਤੇ ਨਬੀ ਸੱਡ ਮਾਰਿਆ ਮੇਰੀ ਧੀ ਪਤਾ ਕਰ ਮੇਰੀ ਧੀ ਫਿਜ਼ਾ ਕਿੱਥੇ ਬੀਬੀ ਬਾਰੂ ਆਣ ਤੇ ਵੇਖੇ ਤੇ ਅੰਦਰ ਮੁਸੱਲੇ ਤੇ ਰੋ ਰੋ ਕੇ ਆਦੀ ਬੈਠੀ ਹੈ ਮੁਸਤਫਾ ਦਾ ਵਾਸਤੇ ਮੁਰਤਜ਼ਾ ਦਾ ਵਾਸਤੇ ਸੈਯਦਾ ਦਾ ਵਾਸਤੇ ਮੁਜਤਬਾ ਦਾ ਵਾਸਤੇ ਸ਼ੋਹਦਾ ਸੈਯਦ ਦਾ ਵਾਸਤੇ
ਮੈਂ ਵਾਅਦਾ ਕਰ ਖਲੀਆਂ ਤੋਂ ਖਾਣਾ ਦੇਸਾਂ ਤੇ ਖਾਣਾ ਹੀ ਹੋ ਜਿਹੜਾ ਤੇਰੇ ਬੰਦਿਆਂ ਨੂੰ ਦੇ ਖਲੀਆਂ, ਹੁਣ ਕਿਵੇਂ ਖਵਾਵਾਂ? ਨਬੀ ਪੁੱਛ ਸੀ ਕਿ ਡੁਲਾ ਉਸਾਂ ਬੀਬੀ ਪਿੱਛੜ ਟੀ ਤੋਂ ਸਹੀ ਧਨਵਾਦੀ ਆ ਉਹਨਾਂ ਜਿਵੇਂ ਦੁਆ ਪਈ ਮੰਗਦੀ ਅਮੀਨ ਖਾਂ ਇਹਨਾਂ ਬਾਹਰੋਂ ਪੰਜਾਂ ਅਮੀਨ ਆਖੀ ਉਹ ਅੱਲਾ ਤੋਂ ਮੰਗਦੀ ਪਈ ਇਹ ਪੰਜ ਅਮੀਨ ਖਲਿਆ ਦਰੀ ਅਬੂਤ ਦਸਤਾ ਕੋਈ ਪੰਜ ਹੱਠ ਤੇ ਦਸਤਰ ਖਾਨ ਤੇ ਬਹਿ ਗਏ ਬੂਹੇ ਕੌਣ ਮੈਂ ਤੋਹਫੇ ਲੈ ਆਇਆ ਸਈਦਾਂ ਦੀ ਕਨੀਜ਼ ਕੌਣ ਬੂਹਾ ਖੋਲਿਆ ਤੋਹਫਾ ਵੇਖੇ ਤੇ ਖਾਣੇ ਲੈ ਲੈ ਇਹ ਲਈ ਆਈ ਤੇ ਆ ਕੇ ਸਈਦਾਂ ਦੇ ਅੱਗੂ ਚ ਰੱਖੇ ਖਾ ਕੱਪੜਾ ਹਟਾਇਆ ਮਦੀਨੇ ਵਾਲੇ ਇੱਕ ਦੂਜੇ ਨੂੰ ਵੇਖ ਕੇ ਹੱਸਦੇ ਖਾਣੇ ਆਸਮਾਨੀ ਹੈ ਨਬੀ ਫਰਮਾਇਆ ਮੇਰੀ ਧੀ ਆ ਨਾ ਤੂੰ ਇੱਥੇ ਮੇਰੀ ਬਤੂਲ ਕੋਲ ਬਹਿ ਨਾ ਸਾਡੇ ਇਕੱਠੇ ਖਾ ਮਤਲਬ ਮੈਂ ਦਾਈ ਹੋ ਕੇ ਇਕੱਠੇ ਖਾਵਾਂ ਫਰਮਾਇਆ ਤੂੰ ਕਿੱਥੋਂ ਮੰਗਾਇਆ ਨਾ ਅਰਸ਼ਾਂ ਤੂੰ ਸਈਦਾ ਜਿੱਥੋਂ ਤੂੰ ਮੰਗਾਇਆ ਨਾ ਸਹੀ ਉੱਥੋਂ ਮੰਗਾਈਨੇ ਜਿੱਥੋਂ ਤੂੰ ਮੰਗਾਏ ਅਸਾਂ ਉੱਥੋਂ ਮੰਗਾਈਨੇ ਆ ਜਿਹੜਾ ਤੇਰੇ ਗਾਣ ਲੈ ਆਉਂਦਾ ਸਾਡੇ ਗਾਣ ਤੇਰੇ ਗਾਣ ਵੋ ਲੈ ਸਾਡੇ ਗਾਣ ਵੋ ਲੈ ਆਉਂਦਾ ਜਿੱਦਾਂ ਉਸ ਫਰਕ ਨਹੀਂ ਕੀਤਾ ਮੈਂ ਜ਼ਮੀਨ ਤੇ ਮੁਸਤਫਾ ਕਿਵੇਂ ਫਰਕ ਕਰਾਂ ਮਗਰ ਆਪਣੀ ਤੀਨਤ ਨੌਕਰੀ ਵਾਲੀ ਰੱਖੀਏ ਮਾਂ ਸੜੀ ਦੀ ਵੱਤੀ ਹੈ ਭੈਣ ਸੜੀ ਦੀ ਵੱਤੀ ਹੈ ਧੀ ਸੜੀ ਦੀ ਵੱਤੀ ਕਿਰਦਾਰ ਨੌਕਰ ਦੁਨੀਆਂ ਦੀ ਨਜ਼ਰਾਂ ਚ ਮਰ ਕੇ ਹਾਲਤ ਕਬਰ ਚ ਆ ਗਈ ਫਰਿਸ਼ਤੇ ਆ ਦਿਨ ਮਨ ਰੱਬੂ ਕੇ ਮਨ ਨਬੀ ਹੋ ਕੇ ਸਵਾਲਾਂ ਦੀ ਪੁਛਾੜ ਬੀਬੀ ਆਦੀ ਹੈ ਜੇ ਆ ਗਏ ਤਾਂ ਬਿਸਮਿਲਲਾ ਇੱਕ ਵਾਰੀ ਸਾਰੇ ਬੰਦੇ ਸਲਵਾਤ ਪੜ੍ਹ ਤੇ ਮੈਨੂੰ ਫੂਕਾ ਮਾਰ ਮੈਨੂੰ ਫੂਕਾ ਹੀ ਮਾਰਨਾ ਸਲਵਾਤ ਪੜ੍ਹ ਮਾਰੋ ਸਹੀ ਮੈਂ ਤਾਂ ਮੂੰਹ ਵੇ ਦਖਲਾਂ ਕਹੀ ਅੱਗਾ ਨਹੀਂ ਕੀਤਾ ਬਿਸਮਿਲਾ ਡਰ ਗਿਆ ਕਿ ਕਰਾਂ ਇੱਕ ਮੈਂ ਦਵਾ ਕੋਈ ਨਹੀਂ ਲੈਂਦਾ ਕੋਈ ਟੀਕਾ ਕੋਈ ਤੁਸਾਂ ਮੰਗਾ ਦਿੱਤਾ ਕੋਈ ਗੋਲੀ ਪੋਨ ਸਟਾਨ ਦੀ ਕੋਈ ਦਵਾ ਦੁਆ ਤੋਂ ਬਗੈਰ ਨਹੀਂ ਇੱਕ ਦੁਆ ਤੇ ਨੀਅਤ ਲੈ ਤੇ ਟੁਰੇ ਵਧਿਆ ਮੈਂ ਦਰੂਦ ਤਾਂ ਪੜਵਾ ਤੇ ਫੂਕਾ ਮਰਾਇਆ ਜੋ ਹੁਣ ਦਿਹਾੜੇ ਔਖੜੇ ਸੌਖੜੇ ਨਾ ਨਜ਼ਰ ਸ਼ਜ਼ਰੀ ਹੋ ਸਕਦੀ ਏ ਇੰਨਾ ਹੀ ਅੜ ਵੈਂਦੀ ਏ ਆਪਣੀ ਲੱਗ ਵੈਂਦੀ ਏ ਕੋਈ ਦੂਏ ਦੀ ਨਹੀਂ ਬੇਐਬ ਜਾਈ ਲੈਣ ਆਖਣਾ ਚਾਹੁੰਦਾ ਬੀਬੀਆਂ ਦੀ ਬੀਬੀ ਆਦੀਆ ਗਏ ਕੋਈ ਚਾਸੀ ਨਹੀਂ ਪੀਂਦੀ ਕੀ ਗੱਲ ਹੈ ਕੋਈ ਦਾਦ ਸ਼ਾਦ ਤ੍ਰਿਖੀ ਕਰੋ ਆ ਤਾਂ ਮੈਂ ਕੋਈ ਸੁਰ ਤ੍ਰਿਖਾ ਕਰਾਂ ਫਿਰ ਮੁੰਡੇ ਸ਼ੁਰੂ ਬੀਬੀ ਆਦੀਆ ਜੇ ਜ਼ਰਾ ਦੇਰ ਕਰੋ ਰੁਕ ਬਾਹਰ ਵਜੋ ਮੇਰੇ ਆਏ ਬੈਠੇ ਅਲਹਮਦੁਲਿਲਾਹ ਬੀਬੀ ਆਦੀਏ ਓ ਮੇਰੇ
ਬੀਬੀਆ ਦੀਆਂ ਜ਼ਰਾ ਦੇਰ ਕਰੋ ਰੁਕ ਬੈਰ ਵਜੋ ਬੀਬੀਆ ਦੀਆਂ ਕੇ ਥੱਕ ਪਈਆਂ ਸ਼ਾਮ ਦੀਆਂ ਗਲੀਆਂ ਵੇਖਦੀ ਆਈ ਕਿਤਨੇ ਅੰਬਰ ਦੀਆਂ ਜਿੱਤ ਵਜੇ ਪਿੰਡੀ ਬੱਟੀ ਵਾਲੇ ਮੈਨੂੰ ਪਤਾ ਹੈ ਤੂੰ ਰੋ ਤਾਂ ਪਿਆ ਇੱਕ ਗੱਲ ਇਸੇ ਨੂੰ ਥੋੜ੍ਹਾ ਜਿਹਾ ਉਲਟ ਸੋਚ ਜਿਹੜੀ ਤੁਰਨ ਦੀ ਆਦੀ ਆਈ ਉਹ ਪਈ ਆਦੀ ਹੈ ਮੈਂ ਥੱਕ ਪਈ ਹਾਂ ਜਿਹੜੀਆਂ ਕਦੀ ਨਾ ਟੁਰੀਆਂ ਬੀਬੀਆਂ ਦੀ ਥੱਕ ਪਈਆਂ ਸ਼ਾਮ ਦੀਆਂ ਗਲੀਆਂ ਕਿਤੇ ਹੁਣ ਆ ਕੇ ਬੈਠੀ ਪੜਦੀਆਂ ਪਾਕ ਮੈਨੂੰ ਕਰ ਬਾਬਾ ਇੰਤਜ਼ਾਰ ਕਰੇ ਬੀਬੀਆਂ ਦੀ ਅੱਗੇ ਕਰ ਲਾ ਸਤ ਕਿਦਾਂ ਹੁਣ ਆ ਕੇ ਛੇ ਮੁਹਰਮ ਦੇ ਦਿਨ ਪਿੰਡੀ ਬੱਟੀ ਵਾਲੇ ਚਲੋ ਕੋਈ ਸ਼ਹਾਦਤ ਦਾ ਜੁਮਲਾ ਢੇਰ ਨਹੀਂ ਤੇ ਚੰਦ ਮਿੰਟ ਲੰਬੀ ਜੋੜੀ ਬਾਸ ਨਹੀਂ ਕਰਨੀ ਮੇਰੇ ਤੋਂ ਪਹਿਲੇ ਵੀ ਜ਼ਾਕਿਰ ਪੜਦੇ ਖਲਰ ਮਗਰ ਮੈਂ ਚਾਹਨਾ ਦੋ ਲੈਣਾ ਆਖਣਾ ਵਾ ਜਿਹਦੀਆਂ ਸਭ ਤੋਂ ਢੇਰ ਸ਼ਹਾਦਤ ਹਨ ਉਸ ਦੀ ਕਬਰ ਅਰਬ ਵਿੱਚ ਨਹੀਂ ਬਣੀ ਉਹਨੇ ਨਹੀਂ ਸਮਝੇ ਜਿਹਦੀਆਂ ਸਭ ਤੋਂ ਢੇਰ ਕੁਰਬਾਨੀਆਂ ਪੁੱਤਰ ਤਾਂ ਇੱਕੋ ਮਰੇ ਤੇ ਮਾਵਾਂ ਨਹੀਂ ਜੀਦੀਆਂ ਪਤਾ ਛੇ ਮਰਾ ਕੇ ਧੀਆਂ ਦਾ ਹੱਥ ਨੱਪ ਕੇ ਪੂਰਾ ਅਰਬ ਛੋੜ ਤੇ ਮਦੀਨੇ ਵਾਲਿਆਂ ਸ਼ਹੀਦਾਂ ਨੂੰ ਦੱਸਿਆ ਤੁਹਾਡੀ ਗੁਰਬਤ ਦੀ ਹੱਦ ਅਰਬ ਵਿੱਚ ਮੁੱਕੀ ਹੈ ਮੈਂ ਕਿੱਥੇ ਮੈਨੂੰ ਕਰ ਬਾਬਾ ਮੈਨੂੰ ਕਰ ਮੈਂ ਕਹਿੰਦਾ ਇੱਕ ਪੁੱਤਰ ਵਾਲੀ ਨਹੀਂ ਜੀਂਦੀ ਗੱਲਾਂ ਗੱਲਾਂ ਸੁਣ ਬਹੁਤ ਬਜ਼ੁਰਗ ਬਹੁਤ ਮੈਂ ਨੌਕਰ ਮੈਂ ਅਮਲ ਕਰੇਦਾ ਇੰਨੀ ਔਖੀ ਗੱਲ ਕੀਤੀ ਹੈ ਮੈਂ ਹੁਣ ਪਰੇਸ਼ਾਨ ਹੋ ਗਿਆ ਓਏ ਪਿੰਡੀ ਭੱਟੀਆਂ ਲਿਓ ਮਾਂ ਨਹੀਂ ਵੇਖ ਸਕੀ ਮਗਰ ਚਾਰ ਪੁੱਤਰਾਂ ਮਾਂ ਦਾ ਮੂੰਹ ਡਿੱਠਾ ਪੁੱਛੋ ਕਿਹੜੇ ਕਿਹੜੇ ਚਾਰ ਪੁੱਤਰ ਦੋ ਉਹਨਾਂ ਡਿੱਠੇ ਜਿਨ੍ਹਾਂ ਨੂੰ ਆਪ ਕਰਬਲਾ ਤੋਰੇ ਅਸ ਤੇ ਦੋ ਉਹਨਾਂ ਹੀ ਡਿੱਠਾ ਹੈ ਜਿਹੜੇ ਸ਼ਾਮ ਗਰੀਬਾਂ ਖੜੀ ਗਏ ਆਜੜੀ ਕੋਲ ਜੋ ਮਹਿਮਾਨ ਹੋਏ ਨਾ ਉਸ ਇੱਕ ਦੀਵਾਰ ਅੱਗੇ ਮੈਂ ਪਿਆ ਨਾ ਕੂਫੇ ਮੇਰੀ ਮਜਬੂਰੀ ਆ ਦਿਨ ਕਿਉਂ ਵੀ ਨਾ ਆਦਾ ਉੱਥੇ ਉਹ ਜਿਹੜੇ ਕਰਬਲਾ ਵਾਲੇ ਕੈਦੀ ਨੇ ਉਹਨਾਂ ਵੰਜਣਾ ਸ਼ਾਮ ਤੇ ਮੈਂ ਵੇਖੇ ਕਦੀ ਨਹੀਂ ਬਈ ਬੇਜੁਰਮ ਕੈਦੀ ਬੇਵਾਰਿਸ ਕੈਦੀ ਉੱਠਾਂ ਤੇ ਬਾਂਹਦੇ ਕਿਵੇਂ ਉਸਨੇ ਛੋਟੇ ਬਿਰਾ ਵੱਡੇ ਦਿਨ ਡਿੱਠਾ ਉਹਨੂੰ ਉਹਦਾ ਇਸ ਬੰਦੇ ਨੂੰ ਤਾਂ ਆਖ ਚ ਮਿਹਰਬਾਨੀ ਕਰੇ ਡਿੱਠੇ ਤਾਂ ਮੈਂ ਹੀ ਕਦੀ ਨਹੀਂ ਮੈਂ ਵੇਖਾਂ ਇਹ ਬੇਵਾਰਿਸ ਕੈਦੀਆਂ ਨੂੰ ਉੱਠਾਂ ਤੇ ਬਹਿੰਦੇ ਕਿਵੇਂ ਵਤਨ ਸਾਨੂੰ ਇੰਝ ਬਹਾ ਕੇ ਇਹੋ ਜਿਹੀ ਪਹਾੜੀ ਤੇ ਕਹੀਂ ਝਾੜੀ ਤੇ ਕਹੀਂ ਦਰਖਤ ਦੀ ਕਹੀਂ ਓਟ ਤੇ ਇੱਥੇ ਬਹਾ ਕਾਫਲੇ ਨੂੰ ਅਸਾਂ ਵੀ ਖਾਏ
ਕਾਫਲਾ ਸਾਨੂੰ ਨਾ ਵੇਖੇ। ਗੁੱਜੀ ਯਾਦ ਬਿਠਾਇਆ ਸੀ ਕਾਫਲਾ ਲੱਗਦਾ ਪਿਆ ਸੀ, ਉਸਲੇ ਵੱਡਾ ਵੀਰਾ ਆਦਾ ਅੰਮਾ ਮੈਨੂੰ ਯਾਦ ਕਰੇਂਦੀ ਅਸੀਂ ਛੋਟਾ ਤਾਂ ਨਹੀਂ ਮੈਂ ਰੱਲੇ ਸਮਝਾ ਮੋ ਅੰਮਾ ਮੈਨੂੰ ਯਾਦ ਕਰੇ। ਇਹ ਗੱਲਾਂ ਬੱਕਰੇ ਦਿਨ ਮੁਕਾਬਲੇ ਨਾਲ ਅੰਮਾ ਮੈਨੂੰ ਯਾਦ ਕਰੇ ਦੀ ਉਹਦੇ ਮੈਨੂੰ ਯਾਦ। ਅਚਾਨਕ ਮਹਮਲ ਜਲੇ ਮਾਂ ਦਾ ਲੱਗਿਆ ਤੇ ਉਸਦੀ ਆਵਾਜ਼ ਯਸਰ ਤੇਰੀ ਤਸਦੇ ਅਰਮਾਨ। ਬਸ ਵੱਡਾ ਤਾਂ ਲੈ ਆਇਆ ਛੋਟਾ ਲੈ ਨਹੀਂ ਸਕਿਆ, ਵੱਡਾ ਤਾਂ ਖੈਰ ਹੀ ਅਦਾ ਮੈਨੂੰ ਤਪਦਾ ਜ਼ੋਰ ਹੈ ਮੈਂ ਬਚਦਾ ਨਹੀਂ। ਇਹ ਇੱਕ ਆਸ ਆਈ ਨਿਖੜ ਜੋ ਪਾਇਆ ਅੰਮਾ ਮੈਨੂੰ ਯਾਦ ਕਰੇ ਸੀ, ਉਹਨੂੰ ਤਾਂ ਅਜਾ ਫੇਕੇ ਨਹੀਂ ਪਰ ਭੁੱਲਦਾ। ਉਹਨੂੰ ਤਾਂ ਛਿਆਂ ਪੁੱਤਰਾਂ ਚੋਂ ਛੇ ਜੋ ਖੜੀ ਗਏ ਨਾ ਉਹਨੂੰ ਪੁੱਤਰ ਯਾਦ ਕੇ ਨਹੀਂ। ਉਹ ਤਾਂ ਅਜਾ ਹੁਸੈਨ ਦੇ ਪੁੱਤਰਾਂ ਨੂੰ ਪਈ ਰੋਂਦੀ ਹੈ, ਉਹਨੂੰ ਪੇਕੇ ਭੁੱਲ ਸਕਦਾ ਸੀ ਯਾਦ ਹੁਸੈਨ ਵੀਰਾਂ ਨੂੰ। ਇਹ ਕੰਮ ਤਾਂ ਕਰੇ ਜਿਹੜੇ ਮੈਂ ਮਰ ਵੰਜਾ ਨਾ ਮੇਰਾ ਚੋਲਾ ਲਹਾ ਤੇ ਰੱਖ ਲੈ, ਮੈਨੂੰ ਕਫਨ ਦੀ ਕਾਈ ਲੋੜ ਨਹੀਂ। ਕਿਆ ਕਰਨਾ ਆਦਾ ਬੰਦੇ ਨੂੰ ਆਖੇ ਸਾਡੀਆਂ ਕਬਰਾਂ ਉੱਥੇ ਬੜਾ ਸੀ ਜਿੱਥੋਂ ਸ਼ਾਮ ਦੇ ਮੁਸਾਫਿਰ ਮਦੀਨੇ ਵਹਿੰਦੇ। ਬਸ ਵੀਰਾ ਦਫਨ ਹੋਇਆ ਚੋਲਾ ਲਵਾ ਤੇ ਰੱਖਿਆ, ਵੱਡੇ ਆਖਿਆ ਮੇਰਾ ਹੀ ਲਹਾ ਲੈ ਕਬਰਾਂ ਬਣਾ ਤੇ ਬਹਿ ਰਹੇ। ਸਾਲ ਬਾਅਦ ਤਰਾਏ ਮਹਮਲ ਹੁਸਨ ਜਲੇ ਉਹ ਇੱਥੋਂ ਲੱਗੇ ਨਾ ਉਹਨਾਂ ਦਾ ਇੱਕ ਮਹਾਰੀ ਰਤ ਰੋਂਦਾ ਸੀ ਤ੍ਰੀਏ ਮਹਮਲ ਦੇ ਤਲੇ ਬੰਦ ਖਲੋਵੇ ਜੋ ਉਹ ਹੁਸੈਨ ਦੀ ਦਾਈ ਦਾ ਮਹਮਲ ਸੀ। ਮਹਮਲ ਦੇ ਤਲੇ ਬੰਦ ਕੇ ਪੁੱਛੇ ਇਸ ਮਹਮਲ ਤੇ ਕਈ ਰੁਕਈਆ ਹੀ ਹੈ। ਜਿਹੜੇ ਸਾਡੀ ਮਾਂ ਆਖੇ ਨਾ ਮੈਂ ਹਾਂ ਬਤ ਉਹਨੂੰ ਆਖੇ ਰਾਹ ਨਾ ਭਲੇ ਸੀ ਤੇਰੇ ਖੜੇ ਹੋ ਜਾਂਦੀ ਆ ਕਬਾਰੇ। ਸਾਲ ਬਾਅਦ ਜਿਹੜੇ ਮਹਮਲ ਲਿੱਤੇ ਨਾ ਮੀਆਂ ਸ਼ਾਨ ਮਾਮਲਾਂ ਦਾ ਆਵਣਾ ਆਈ ਅਚਾਨਕ ਤ੍ਰੀਏ ਮਹਮਲ ਤੂੰ ਦੋ ਮਸਤੂਰਾ ਬੋਲੀਆ ਸਜਾਦ ਇਥਾਈ ਉੱਠ ਰੋਕੇ ਭੈਣਾ ਕੀ ਹੋਇਆ ਹੈ ਰੋ ਰੋ ਕੇ ਆਦੀਆਂ ਇਥਾਈ ਉੱਠ ਰੋਕ ਸਾਨੂੰ ਬਿਰਾਵਾਂ ਦੀ ਖੁਸ਼ਬੂ ਪਈ ਹੁੰਦੀ ਹੈ ਜੇ ਪਰਦੇ ਦਾ ਲੜ ਹਟਾ ਤੇ ਵੇਖਣ ਤਾਂ ਮਾਂ ਨੂੰ ਅੱਜ ਰੰਮਾ ਸੁਜਾਣੇ ਨਾ ਇਹ ਚੋਲੇ ਉਹ ਨਹੀਂ ਜਿਹੜੇ ਤੁਹਾਨੂੰ ਪਵਾਇਆ ਇਹ ਗੱਲਾਂ ਪਈਆਂ ਕਰਦੀਆਂ ਬੱਜ ਪਿਆ ਬੰਦਾ ਪੁਜਾਵੇ ਮਹਮਲ ਦੇ ਥੱਲੇ ਆਦਾ ਪੁੱਤਰਾਂ ਦੀ ਮਾਂ ਹੈ ਚਾਰ ਹੱਥਾਂ ਨਾਲ ਟੋਰਿਸ ਗੱਲਾਂ ਸੁਣ ਲਈਆਂ ਕਰੋ ਨਸੀਬਾਂ ਦੀ ਗੱਲ ਹੈ ਬੰਦੇ ਦਾ ਜੋ ਜ਼ਿਹਨ ਹੈ ਕਦੀ ਕਛ ਯਾਦ ਰਹੀ ਕਦੀ ਨਾ ਰਹੀ। ਛਿਆਂ ਪੁੱਤਰਾਂ ਦੀ ਮਾਂ ਹੈ ਦੋ ਕਰਬਲਾ ਟੋਰੇ ਸੂ ਦੋ ਕੂਫੇ ਚ ਨਾਲ ਟੋਰੇ ਸੂ ਦੋ ਸ਼ਾਮ ਗਰੀਬਾਂ ਹੱਥ ਚ ਛੁੱਟ ਗਏ। ਮਾਵਾਂ ਭੈਣਾਂ ਗਵਾਹੀ ਦੇ ਸਨ ਇਹਨਾਂ ਦੇ ਈਮਾਨ ਗਵਾਹ ਸਨ ਪੁੱਤਰ ਦੁੱਧ ਪੀਂਦਾ ਹੀ ਹੋਵੇ ਨਾ ਝੋਲੀ ਚ ਮਰ ਵੰਜੇ ਮਾਂ ਦੀ ਝੋਲੀ ਚ ਮੋਇਆ ਨਾ ਸਹਿ ਵਈ ਸੀ ਅਕਸੀ ਅੱਲਾ ਜੋ ਮਾਰਿਆ ਤੇ ਅੱਲਾ ਨਾ ਕਰੇ ਕੋਈ ਮਾਂ ਦਾ ਪੁੱਤਰ ਖੜੀ ਵੰਜੇ। ਰੱਖ ਸਿਰ ਚ ਕੁਰਾਨ ਉਲਮਾ ਤੂੰ ਪੁੱਛ ਕਹਿ ਤਾਰੀਖ ਚ ਵੇਖ ਖੜੇ ਹੋਏ ਪੁੱਤਰ ਦੀ ਮਾਂ ਡਾਢੀਆਂ ਸਰਦੀਆਂ ਸੰਨਤ ਰਜ਼ਾਈ ਉੱਤੇ ਨਾ ਕਰੇ ਸੀ ਗੋਡਿਆਂ ਤਾਈ ਕਰ ਬਾਸੀ ਮੈਂ ਤਾਂ ਕੋਈ ਆਖੇ ਰਜ਼ਾਈ ਕਿਉਂ ਨਹੀਂ ਕੀਤੀ ਹੌਲੇ ਹੌਲੇ ਆਦੀ ਬੇਟੀ ਅਸੀਂ ਪਤਾ ਹੈ ਤੈਨੂੰ ਕਈ ਜਾ ਲੱਦੀ ਆ ਕੋਈ ਡਾਢੀਆਂ ਗਰਮੀਆਂ ਸੰਨਤ ਠੰਡਾ ਪਾਣੀ ਪੀਸੀ ਨਹੀਂ ਵੇਖਸੀ ਆਖਸੀ ਪਤਾ ਹੈ ਤੈਨੂੰ ਕੋਈ ਛਾਂ ਤੇ ਬਾਣ ਦੇ ਦੋ ਸੀ ਕੋਈ ਪਾਣੀ ਦੇ ਦੋ ਸੀ ਕੋਈ ਨਾ ਦੇ ਦੋ ਸੀ। ਮਾਵਾਂ ਨੂੰ ਔਲਾਦ ਨਹੀਂ ਭੁੱਲਦੀ ਜਿਹੜੇ ਖੜੀ ਵੰਜਣ ਜਿਤਨੀ ਉਮਰ ਹੀ ਗੁਜ਼ਰਦੀ ਵੰਜੇ ਜ਼ੈਫੀ ਜੀ ਆਖਸੀ ਕਿਦੋਂ ਕਈ ਖਬਰ ਆਈਏ ਮੈਨੂੰ ਮਿੰਬਰ ਦੀ ਕਸਮ ਇਸ ਗੱਲ ਦੀ ਮੈਨੂੰ ਸਮਝ ਨਹੀਂ ਆਈ ਢੱਲੀ ਰਾਤ ਹੀ ਬੂਹਾ ਖੜਕ ਪਵੇ ਨਾ ਬਸ ਸੁਣੋ ਕਿਆ ਕਿਹਾ ਢੱਲੀ ਰਾਤ ਹੀ ਬੂਹਾ ਖੜਕ ਪਵੇ ਹਵਾ ਨਾਲ ਹੀ ਉੱਠੀ ਖਲੋ ਸੀ ਮਤਾ ਮੇਰਾ ਪੁੱਤਰ ਆਇਆ ਫਰਮਾਨ ਨਾ ਮੇਰੇ ਬਾਰਵੇ ਦੀ ਇੰਝ ਇੰਤਜ਼ਾਰ ਕਰੋ ਜਿਵੇਂ ਖੜੇ ਹੋਏ ਪੁੱਤਰ ਦਾ ਰਾਹ ਮਾਂ ਵੇਦੀ ਹੈ
ਜੇ ਤੇਰੇ ਤੋਂ ਆਇਓ ਰੋਹ ਦੀ ਅੱਖੀ ਨਾਲ ਦੁਆ ਕਰੇ ਨਾ। ਅੱਲਾ ਕਰੀਮ ਭੱਟੀਆਂ ਨੂੰ ਹਮੇਸ਼ਾ ਆਬਾਦ ਰੱਖੇ, ਜਿਹੜੇ ਤੁਰ ਗਏ ਇਹਨਾਂ ਦੇ ਰੂਹਾਂ ਨੂੰ, ਇਹਨਾਂ ਬੇਵਾਰਸਾਂ ਦੇ ਰੋਵਾਂ ਨਾਲ ਲਗਾਮ, ਉਹਨਾਂ ਦੀ ਕਬਰ 'ਚ ਉਹਨਾਂ ਨੂੰ ਉਹਨਾਂ ਦਾ ਹਿੱਸਾ ਮਿਲੇ। ਕਰੀਮ ਅੱਲਾ ਖਤਾਵਾਂ ਮਾਫ਼ ਕਰੇ, ਖਤਾਕਾਰ ਮਖਲੂਕ ਹੈ, ਨਾ ਹੱਥ ਚੰਗੇ, ਨਾ ਜ਼ਬਾਨ ਚੰਗੀ, ਨਾ ਸੂਰਤਾਂ ਚੰਗੀਆਂ, ਅਲੂਦਾ ਚਿਹਰੇ ਨਾਲ ਤੇਰੇ ਕੋਲ ਮੰਗਣੇ ਹੈ। ਇੱਕ ਵਾਰੀ ਤਾਂ ਸਾਰੀਆਂ ਅੱਖੀਂ ਵੇਖੇ ਨਾ ਉਹਨੂੰ ਭੇਜ ਚਾ, ਜਿਹਨੂੰ ਪਰਦੇ 'ਚ ਰਹਾ ਜਾਵੇ। ਕਰੀਮ ਅੱਲਾ ਅਸਾਂ ਰਲ ਕੇ ਵਧੇ ਰੋਂਦੇ ਹਾਂ, ਆਜ਼ਾਦ ਹੈ ਨਾ ਉਹ ਕਿਹੜਾ ਮਸਕੀਨ ਹੈ ਜਿਹਦੇ ਨਾਲ ਦੁੱਖ ਵੰਡਾਣਾ ਲਈ ਪੈਂਦਾ। ਅਜਿਹੀ ਪਰਦੇ 'ਚ ਕੱਲਿਆ ਰਾਤ ਰੋ ਕੇ ਵਧਾ ਦਾ, ਕਈ ਨੂੰ ਦੱਸਾਂ ਮੇਰੀਆਂ ਤਾਂ ਕਬਰਾਂ ਹੀ ਖੜੀ ਗਈਆਂ। ਮੈਨੂੰ ਅੱਜ ਥੋੜ੍ਹੀ ਜਿਹੀ ਜਲਦੀ ਹੈ, ਜਿੱਥੇ ਜਿੱਥੇ ਕੋਈ ਸੈਟਿੰਗ ਹੈ ਮਜ਼ਮੂਨ ਦੀ, ਸ਼ਬੀ ਦੀ, ਕਹਿੰਦੀ ਲੇਟ ਹੁੰਦੀ ਪਈ ਹੈ, ਕਹਿੰਦੀ ਪਹਿਲੇ ਪਈ ਹੁੰਦੀ ਹੈ, ਉਸ ਨੂੰ ਮੈਂ ਮੱਦੇ ਨਜ਼ਰ ਰੱਖਦਾ, ਵਕਤ ਨੂੰ ਖਲਾਵੇ ਨਾ, ਬਸ 10 ਤੋਂ 12 ਮਿੰਟ ਦਾ ਮਸਾਇਬ ਪੜ੍ਹਦਾ। ਜਿਹੜੇ ਤੁਰ ਆਇਓ ਕੈਦ ਚ ਆ ਗਏ, ਪਤਾ ਕੀ ਸੁਣਿਆ ਤੂੰ, ਮੈਂ ਕੀ ਪੜਿਆ, ਕੈਦ ਚ ਉਸ ਉਮਰ ਚ ਆ ਗਏ ਤੇ ਬਸ ਵੱਖਰੇ ਵੱਖਰੇ ਕੈਦ ਖਾਣੇ, ਇਕੱਠੇ ਹੋਵੇ ਨਾ ਤਾਂ ਵੱਤੀ ਗੁਜ਼ਰ ਬੰਨੇ। ਇੱਕ ਦੀ ਵਾਰ ਛੋਟਾ ਤੈਨੂੰ ਵਾਦਾ, ਹੁਣ ਦਰੋਗਤ ਵੱਗ ਗਏ, ਮੈਨੂੰ ਆਖੇ ਤੇ ਇਹਨੂੰ ਮੈਂ ਦੱਸਾਂ ਜੋ ਅਸਾਂ ਸੈਦ ਹੈ, ਵੱਡਾ ਦਰਵਾਜ਼ਾ ਲਹਾ ਕੇ ਮਰੇ ਸੀ, ਇੰਜ ਮਰੇ ਸੀ ਜੋ ਸਾਨੂੰ ਛੁਡਾਵਣ ਲਈ ਕਰੀ ਨਾ ਸੀ। ਉਸ ਲਿਆਦਾ ਕੋਈ ਤਰੀਕਾ ਤਾਂ ਕਰਾਂ, ਸਾਨੂੰ ਢੇਰ ਦਿਨ ਹੋ ਗਏ, ਹੁਣ ਤਾਂ ਸਾਨੂੰ ਇੱਕ ਦੂਏ ਦੀ ਸ਼ਕਲ ਹੀ ਭੁੱਲਦੀ ਪਈ। ਵੱਡਾ ਦਾ ਇੰਤਜ਼ਾਰ ਕਰ, ਮੈਂ ਕਰੇ ਨਾ ਕੋਸ਼ਿਸ਼ ਕਰੇ ਨਾ, ਦਰੋਗਾ ਕਲ ਦਰੋਗ ਨਾ, ਤੈਨੂੰ ਅਸਾਂ 2 ਟਾਈਮ ਦਾ ਖਾਣਾ ਜਿਹੜਾ ਲੈ ਆਉਂਦਾ ਨਾ, ਪਤਾ ਹੈ ਤੇਰੇ ਬੱਚਿਆਂ ਦੇ ਮਿਜ਼ਾਜ ਦਾ ਹੈ ਜਾਂ ਨਹੀਂ, ਗਰਮ ਪਾਣੀ, ਖੁਸ਼ਕ ਰੋਟੀ, ਸਾਨੂੰ 1 ਟਾਈਮ ਦੀ ਦੇ, 1 ਦੀ ਨਾ ਦੇ। ਕਿਉਂ ਅਦਾ ਤੂੰ 1 ਟਾਈਮ ਦਾ ਖਾਣਾ ਬੱਚਿਆਂ ਨੂੰ ਆਈ ਦੇਵੇਂ, ਸਾਨੂੰ 1 ਟਾਈਮ ਦਾ ਦੇ। ਉਸ 1 ਟਾਈਮ ਦੇ ਖਾਣੇ ਦੇ ਬਦਲੇ ਸਾਨੂੰ ਰੋਜ਼ ਨਹੀਂ, ਸਾਨੂੰ 8ਵੀਂ ਦੀ ਵਾਰ ਬੂਹਾ ਖੋਲ ਕੇ ਬਿਰਾਵਾਂ ਨੂੰ ਵੇਖਣ ਦਿੱਤਾ ਕਰ। ਲੋਕਾਂ ਦੇ ਰਜ਼ਾਕਰੀ ਸੁਣਾਓ, ਤੇਰੇ ਅੰਦਰ ਅਰਮਾਨ ਹੋਵੇ ਤੇ ਤੂੰ ਆਪਣੇ ਆਪ ਨੂੰ ਮੁਹਤਾਜ ਕਿਉਂ ਕਰੇ, ਅਦਾ ਸਾਨੂੰ 1-2 ਦੇ ਸਾਹਮਣੇ ਬਹਾ ਤੇ ਪਹਾਰਾ ਦੇਵੇਂ। ਅਸਾਂ ਵਾਅਦਾ ਕਰੇ ਨੇ ਆਏ, ਅਸਾਂ ਸੱਚਾ ਖਾਨਦਾਨ ਹੈ, ਅਸਾਂ 1-2 ਨਾਲ ਗੱਲ ਕਾਈ ਨਾ ਕਰੇ ਸਾਂ, ਇਸ਼ਾਰਾ ਹੀ ਕੋਈ ਨਾ ਕਰੇ ਸਾਂ। ਉਹ ਕਿਉਂ ਵੱਡਾ ਦਾ ਸਾਨੂੰ 1-2 ਦੀ ਸ਼ਕਲ ਭੁੱਲਦੀ ਪੈਂਦੀ, ਵਜ੍ਹਾ ਦਾ ਮੈਨੂੰ ਯਾਦ ਆਉਂਦਾ ਹੈ, ਮੈਨੂੰ ਪਿਓ ਛੇਕੜੀ ਰਾਤ ਰੱਲੇ ਸਮਾ ਕੇ ਆਦਾ ਹੀ, ਬਾਲ ਛੋਟਾ ਹੋਵੇ ਨਾ ਤਾਂ ਉਹਨੂੰ ਇੰਜ ਪਾਸੇ ਨਾਲ ਸਮਾਵਣਾ, ਉਹਦੇ ਸਿਰ ਹੇਠ ਬਾਂਹ ਦੇਵਣੀ, ਉਹਦੀ ਬਾਂਹ ਆਪਣੀ ਬਾਂਹ ਨਾਲ ਅੰਦਰੋਂ ਦੇ ਕੇ ਉਹਨੂੰ ਹਾਂ ਨਾਲ ਲਾ ਸਮ। ਵੱਡਾ ਰੋ ਰੋ ਤੇ ਗੱਲਾਂ ਖਲਾ ਕਰੇ ਦਾ, ਮੈਨੂੰ ਪਿਓ ਜੋਲੀ ਚਾ ਕੇ ਆਦਾ ਹੀ, ਕਦਾਂ ਹੀ ਤੇਰੇ ਵੇਦਿਆਂ ਫਿਰਾ ਨੂੰ ਬੁਖਾਰ ਹੋ ਗਿਆ, ਇਹਨੂੰ ਜੋਲੀ ਚ ਇੰਜ ਪਾ ਪੈ ਜਿਵੇਂ ਮਾਂ ਪਿਆਰ ਕਰੇ, ਇੰਜ ਇੰਜ ਦੇ ਸਿਰ ਚ ਅੰਗਲੀ ਫੇਰੇ, ਤਪ ਦਾ ਜ਼ੋਰ ਹੋਵੇ, ਪਾਣੀ ਦੀਆਂ ਪੁੱਸੀਆਂ ਰੱਖੇ, ਇਹਨੂੰ ਮਾਂ ਯਾਦ ਨਾ ਮਣ ਦੇਵੇ। ਹੋ ਕੈਦ ਗਿਆ, ਪਤਾ ਕਿਵੇਂ ਪਈ ਨਿਭਦੀ ਸੀ, ਜਿਣਕ ਦੇ ਕਹਿਦਾ ਮੇਰੇ ਤੁਹਾਡਾ ਖਾਣਾ ਮੇਰੇ ਬੱਚੇ ਨਹੀਂ ਖਾਂਦੇ, ਖੁਸ਼ਕ ਰੋਟੀਆਂ ਮੇਰੇ ਬੱਚਿਆਂ ਦੇ ਮਿਜ਼ਾਜ ਦੇ ਨੇ। ਅੱਛਾ ਉਸ ਅਚਾਨਕ ਛੋਟਾ ਬੋਲ ਗਿਆ, ਅਦਾ ਅੱਛਾ ਤੂੰ ਖਾਣਾ ਨਹੀਂ, ਮੰਜ ਕਾਗਜ਼ ਕਲਮ ਲਾਇਆ ਕੇ ਕਰੇ ਨਾ, ਅਦਾ ਤੈਨੂੰ ਜੰਨਤ ਲਿਖ ਦੇ। ਇਹਦੇ ਮੂੰਹ ਚੋਂ ਹਾਏ ਨਿਕਲ ਗਏ, ਜੰਨਤ, ਤੂੰ ਕੋਈ ਬਤੂਲ ਦਾ ਪੁੱਤਰ ਹੈ,
ਇਹ ਤਾਂ ਉਹ ਲਿਖ ਕੇ ਦੇ ਸਕਦੇ ਨੇ ਜਿਹੜੇ ਮੁਸਤਫਾ ਦੀ ਨਸਲ ਹੋਣ। ਤੂੰ ਕਹਿੰਦੀ ਹੋ ਕਿ ਗੱਲ ਕਿਵੇਂ ਕੀਤੀ ਹੈ, ਤੂੰ ਮਾਰੇ ਨਹੀਂ ਤਾਂ ਤੈਨੂੰ ਦੱਸਾਂ। ਉਸਨੇ ਕਿਹਾ ਹਾਂ, ਜਿਹਨੂੰ ਅਜਾ ਤਾਈਂ ਕਹਿ ਨਹੀਂ ਕੂਫੇ ਦਫਨਾਇਆ, ਅਸਾਂ ਉਸੇ ਗਰੀਬ ਦੇ ਪੁੱਤ। ਅੱਛਾ ਤਾਂ ਤੈਨੂੰ ਡਰ ਤੂੰ ਨਹੀਂ ਦੱਸਿਆ, ਮੈਂ ਤਾਂ ਇੱਥੇ ਮਈਅਤ ਦਫਨਾਉਣ ਦਾ ਕਾਨੂੰਨ ਕੋਈ ਨਾ ਹੋਵੇ। ਅੱਛਾ ਅਬਾਸ ਦੇ ਬਣੇ ਆ, ਕਾਤਲ ਦੇ ਹੱਥੇ ਆ ਗਏ। ਬਸ ਪੰਜ ਤੋਂ ਸੱਤ ਮਿੰਟ। ਰਾਜਰੁਨੀਆ ਸਣੀ ਨਾਨਕੀ ਨਗਰੀ ਸੁਣੇ, ਮੈਂ ਵਹਿਣ ਕਰ ਲਵਾਂ ਬਸ ਇਸੇ ਤੇ ਮਜਲਿਸ ਛੁੱਟਿਆ ਨਾ ਸਹਿਰੂ ਚਾਚਾ। ਛੀਆਂ ਪੁੱਤਰਾਂ ਲਈ ਮਾਂ ਮਤ ਆਈ ਹੋਈ ਹੋਵੇ, ਉਹਨਾਂ ਗਰੀਬ ਬਤਾ ਅੱਜ ਪਤਾ ਕਰਨ ਆਈ ਹੋਵੇ, ਛੇ ਜਵਾਨ ਇਹਨਾਂ ਦੇ ਚਿਹਰੇ ਤਾਂ ਵੇਖਾਂ, ਮਤ ਕਹਿਣ ਦੇ ਜ਼ਖਮੀ ਹੋਵੇ। ਅਮਤ ਤੂੰ ਨਾ ਰੋਵੇਂ ਤੇ ਤੈਨੂੰ ਆਖੇ ਜਾ ਮੇਰੇ ਪੁੱਤਰ ਦਾ ਮੌਤ ਵੇਖ, ਚੰਨ ਤੂੰ ਸੋਹਣੇ ਹਾਂ ਬੰਦਾ ਕਹਿ ਮਾਰਿਆ। ਜਿੰਦਣੀ ਜ਼ਿੰਦਗੀ ਆਵੀ ਸਮੰਦਰਾਂ ਨੇ ਆਲਾ ਪੈਗਾਮ ਦਿੰਦਾ ਈ, ਕੁਰਾਨ ਪੜ੍ਹ ਕੇ ਵੇਖ ਕੁਰਬਾਨੀ ਦੇ ਬਾਰੇ ਅੱਲਾ ਹੁਕਮ ਦਿੰਦਾ ਹੈ, ਜਿਹੜੇ ਜਾਨਵਰ ਦਾ ਪਤਾ ਲੱਗੀ ਹੈ ਕੁਰਬਾਨੀਆਂ ਲੈ ਕੁਰਬਾਨੀਆਂ ਲੈ, ਜਿਹੜੇ ਪੱਤਾ ਪਾ ਲਵੇ ਉਹਨੂੰ ਛਿੱਕੇ ਨਹੀਂ, ਜਿੱਥੇ ਖਲੋ ਰਵੇ ਨਾਲ ਖਲੋ ਰਵੇ, ਉਧਰ ਕੱਢ ਨਾ ਕਰੇ ਉਹਨੂੰ ਮਾਰੇ ਨਹੀਂ, ਜਿਹੜੇ ਵੇਲੇ ਤੁਰ ਪਵੇ ਨਾਲ ਤੁਰ ਪਵੇ, ਕੋਸ਼ਿਸ਼ ਕਰੇ ਉਹਦੇ ਪਿੱਛੂ ਵਾਲਾਂ ਚ ਹੱਥ ਪਾ ਕੇ ਚਾਹੇ ਨਹੀਂ, ਉਹਨੂੰ ਦਰਦ ਨਾ ਹੋਵੇ ਸਮਝ ਨਾ ਲੱਗੀ ਹੈਵਾਨ ਦੇ ਲਾਲਚ ਹੱਥ ਪਾਵਾਂ ਤੂੰ ਅੱਲਾ ਨੂੰ ਕਹਿੰਦਾ ਜੋ ਮੇਰੀ ਕੁਰਬਾਨੀ ਦੀ ਇੱਜ਼ਤ ਕਰ ਦੋ, ਕੁਰਬਾਨੀ ਇੱਕ ਕਾਤਲ ਲਈ ਵਧਾਏ ਜਿਹੜਾ ਵਾਲਾਂ ਚ ਹੱਥ ਪਾਈ ਕਰਕੇ ਲਿਖੀ ਹੈ। ਉਹ ਆਦਾ ਕੁਰਬਾਨੀ ਦੇ ਜਾਨਵਰ ਦੇ ਵਾਲ ਪਿੱਛੂ ਚਾ ਕੇ ਜ਼ੋਰ ਨਾਲ ਟੋਰਨ ਦੀ ਕੋਸ਼ਿਸ਼ ਨਾ ਕਰ ਜੋ ਅੱਲਾ ਨੂੰ ਪਸੰਦ, ਤਾਂ ਉਹ ਲਿਖਦਾ ਹੈ ਦੁਨੀਆਂ ਤੇ ਦੋ ਜੋੜੀਆਂ ਗੁਜ਼ਰੀਆਂ, ਪਹਿਲੀ ਜੋੜੀ ਰੁਕਈਆ ਦੇ ਬਾਲ, ਰੁਕਈਆ ਦੇ ਬਾਲ, ਪਹਿਲੀ ਜੋੜੀ ਜ਼ਮਾਨੇ ਤੇ ਬੀਬੀ ਰੁਕਈਆ ਦੇ ਪੁੱਤਰ ਜਿਨ੍ਹਾਂ ਦੇ ਵਾਲਾਂ ਚ ਹੱਥ ਪਾ ਕੇ ਟੁਰੇ, ਪੁੱਤਰ ਮਾਰਨ ਝੂਠ ਬੋਲਾਂ, ਦੁਨੀਆਂ ਦਾ ਕਾਨੂੰਨ ਹੈ ਕੁਰਬਾਨੀ ਵਾਲੀ ਦੀਵਾਰ, ਹਰ ਕੋਈ ਜਾਨਵਰਾਂ ਨੂੰ ਰੱਸੀਆਂ ਪਾ ਕੇ ਟੁਰਿਆ ਵਧਾਈ, ਹਰਾਮੀ ਆਈ ਜਿਹੜਾ ਬਾਲਾਂ ਨੂੰ ਰੱਸੀਆਂ ਪਵਾਈ, ਇੱਕ ਸਾਲ ਤਾਈਦ ਗੁਜ਼ਾਰ ਜਿਵੇਂ ਮੈਂ ਆਖਾਂ, ਗਲਤ ਆ ਦਿਨ ਜਿਹੜੇ ਮੈਨੂੰ ਆ ਦਿਨ ਤੂੰ ਈਦ ਨਾ ਕਰੇ, ਮੈਂ ਇਜਾਜ਼ਤ ਦੇਣਾ ਧਮੀਏ ਦੇ ਉੱਠੀ ਮੈਂ ਗੁੱਸਾ ਲੈ ਈਦ ਕਰੇ, ਈਦ ਵਾਲੇ ਕੱਪੜੇ ਪਾਵੇ ਨਮਾਜ਼ ਪੜ੍ਹੇ ਕੁਰਬਾਨੀ ਕਰੇ, ਜਿਹੜੇ ਜ਼ਬਾਹ ਹੋ ਵੰਨੇ ਇੱਕ ਵਾਰੀ ਈਦ ਵਾਲੇ ਕੱਪੜੇ ਲਹਾਂ, ਪੁਰਾਣੇ ਕੱਪੜੇ ਪਾ ਕੇ ਲਾਹੌਰ ਮੂੰਹ ਚੱਕਰੇ ਗੱਲ ਚ ਕੱਪੜਾ ਪਾ
ਮੁੜ ਸਮਝਦਾ ਈਦ ਵਾਲੀ ਦੀਵਾਰ ਖੁਸ਼ੀਆਂ ਮਨਾਵੇ ਲਿਬਾਸ ਬਦਲੇ ਗੁਸਲ ਕਰੇ ਈਦ ਨਮਾਜ਼ ਪੜ੍ਹੇ ਕੁਰਬਾਨੀ ਕਰੇ ਇੱਕ ਵਾਰੀ ਈਦ ਵਾਲੇ ਕੱਪੜੇ ਲਾ ਛੋੜ ਤਿੰਨ ਤੋਂ ਚਾਰ ਮਿੰਟ ਬਾਕੀ ਮੈਂ ਪੜ੍ਹਨਾ ਹੈ ਮੈਂ ਸਵਾਲੀਆਂ ਵੱਧ ਸੁਣ ਲਾ ਈਦਾਂ ਤਾਂ ਰਹੀਆਂ ਨਹੀਂ ਜਿਹੜੇ ਵੇਲੇ ਉਮਤ ਨੂੰ ਕੋਈ ਖੁਸ਼ੀ ਨਸੀਬ ਹੋਈ ਹੈ ਉਮਤੀਆਂ ਸਹੀਦਾਂ ਨੂੰ ਨੁਕਸਾਨ ਦਿੱਤਾ ਕਦੀ ਕੂਫੇ ਪਿਓ ਦਾ ਚੋਲਾ ਚੁਣ ਕੇ ਆਦੀ ਆਈ ਤੇਰੇ ਉਮਤੀ ਦਾ ਪੈ ਕਰੇ ਦੇਣ ਵੇ ਨਾਨਾ ਮੈਂ ਕੂਫੇ ਯਤੀਮ ਹੋ ਗਈਆਂ ਈਦ ਵਾਲੀ ਦੀਵਾਰ ਕੁਰਬਾਨੀ ਤੇ ਕੈਸਰਾ ਛੇਕੜੀ ਵਹਿਣ ਪੁੱਤਰ ਨੂੰ ਆਦਾ ਮਾਰ ਜਿਹੜੇ ਪੁੱਤਰ ਮਾਰਨ ਗਿਆ ਵੱਡਾ ਸਜ਼ਾਦਾ ਛੋਟੇ ਨੂੰ ਆਦਾ ਵੇਖ ਇਹਦੀ ਦਾੜੀ ਇੰਜ ਪਹਿਲਾਂ ਦੀ ਹੈ ਜਿਵੇਂ ਅਕਬਰ ਵੀਰਾ ਦੀ ਲੱਥੀ ਤਲਵਾਰ ਹੇਠਾਂ ਕਰ ਗਿਆ ਦੇ ਕੌਣ ਅਕਬਰ ਆਦਾ ਹੁਸੈਨ ਦਾ ਅਕਬਰ ਆਦਾ ਤੁਸਾਂ ਕੌਣ ਆਦਨ ਹੁਸੈਨ ਦੀ ਭੈਣ ਛਾਲ ਮਾਰ ਕੇ ਆਦਾ ਮਾਫੀ ਦਿਵਾਏ ਮੈਂ ਤੁਹਾਨੂੰ ਛੁਡਾ ਨਹੀਂ ਸਕਦਾ ਉਹ ਮਾਫੀ ਦਿਵਾਏ ਮੈਨੂੰ ਵਾਪਸ ਤੇ ਬਣਿਆ ਦਾਰ ਮਾਨੇ ਅੱਲਾ ਵਾਸਤੇ ਥੱਕੇ ਨਾ ਪਿਆ ਬੰਦਾ ਥੱਕੇ ਨਹੀਂ ਤਾਂ ਮੇਰਾ ਦਿਲ ਲਾਦਾ ਮੈਂ ਅਗਲਾ ਵਹਿਣ ਹੀ ਕਰਾਂ ਵਤੇ ਹਬਸ਼ੀ ਗੁਲਾਮ ਨੂੰ ਆਦਾ ਤਲਵਾਰ ਚਾ ਗਰੀਬ ਦੇ ਪੁੱਤਰਾਂ ਦਾ ਸਰ ਲਾ ਜਿਹੜੇ ਹਬਸ਼ੀ ਤੋੜਿਆ ਮਾਰਨ ਕਾਰ ਛੋਟਾ ਦੇ ਵੇਖ ਨਾਨੇ ਬਿਲਾਲ ਵਾਂਗ ਲੱਗਦਾ ਬਿਲਾਲ ਦੇ ਲਵ ਤੇ ਹੱਥ ਚੋਂ ਤਲਵਾਰ ਦੇ ਪਈਏ ਆਦਾ ਕੌਣ ਬਿਲਾਲ ਆਦਨ ਹਬਸ਼ੀ ਮੁਹੰਮਦ ਦਾ ਵਾਂਗ ਆਦਾ ਨਾਨਾ ਕਿਉਂ ਸੜਿਆ ਨੇ ਆਦਨ ਕੇ ਕਰਾਏ ਲੱਗਦਾ ਜੋ ਨਾਨਾ ਉਸਨੇ ਦਰਿਆ ਚ ਛਾਲ ਮਾਰ ਗਿਆ ਦਾ ਨਾ ਮਰਿਆ ਦਾ ਨਹੀਂ ਛੁੜਾ ਜੋ ਨਿਮ ਸਕਦਾ ਸਾਰੀ ਸ਼ਹਾਦਤ ਭੁੱਲ ਵਾਂਗੇ ਸ਼ਹੀਦਾਂ ਦੀ ਗਰੀਬਾਂ ਦਾ ਆਖਰੀ ਵੇਣ ਪਿਆ ਪੜਦਾ ਜਿਹੜੇ ਕਾਤਲ ਮਾਰਨ ਆਇਆ ਹੋਣੀ ਜ਼ਵਾਰੀ ਤੇ ਬੰਨ ਦੀਵਾਰ ਤੇ ਫੋਟੋ ਬਣੀ ਹੋਇਆ ਗੱਲ ਚ ਰੱਸੀਆਂ ਪਵੀ ਹੋਈਆਂ ਤਲਵਾਰ ਚਾਈ ਖਲੈ ਨਿੱਕੇ ਨਿੱਕੇ ਹੱਥ ਜੋੜੀ ਖਲੈ ਪੁੱਛਦਾ ਕੋਈ ਨਹੀਂ ਹੱਥ ਕਿਉਂ ਖਲੇ ਜੁੜੇ ਦਿਨ ਰੋ ਰੋ ਕੇ ਆਦਨ ਸਾਨੂੰ ਦੀ ਗਿਰ ਚਾਈ ਨਾ ਮਾਰ ਆਦਾ ਇਤਨਾ ਟਾਈਮ ਕਿਉਂ ਮੰਗਦੇ ਹੋ ਛੋਟਾ ਦਾ ਦੀ ਗਿਰ ਤਾਈ ਬਹਿਣਾ ਰਹਵੇ ਦੀਆਂ ਸੁਣਦਾ